Singh Channi all set to address a press conference right after he takes oath as the Chief Minister of Punjab. Remember, Channi is the first Dalit face after independence in Punjab to be taking oath as Chief Minister. Despite having a 32% population of Dalit community in Punjab, almost equal to the Jat Sikh population, which Navjot Singh belongs to, yet the Dalit leader has been for the first time elevated to the post of Chief Minister. But how much power will he be given is the big question. Navjot Singh Sidhu is sitting right behind Channi. In fact, it's said that Channi is Navjot Singh Sidhu's man. He has pushed for Channi to be made the Chief Minister. But does that mean that in months to come, right after the election, Navjot Singh Sidhu will take over as the Chief Minister? That remains to be seen. Of course, no formal declaration or a statement that's come in on that is yet. But here is Channi, who's seated right beside Navjot Singh Sidhu, all set to give out a press conference. Navjot Singh Sidhu and Channi now to be addressing the media. Ma'am sir, thank you very much for calling. ਤੁਹਾਡਾ ਬਹੁਤ ਧੰਨਵਾਦ ਜੀ। ਮੈਂ ਤੁਹਾਨੂੰ ਮਿਲਣ ਆਵਾਂਗਾ ਸਪੈਸ਼ਲੀ। Is Navjot Singh Sidhu, who seated right beside Charanjit Channi. Charanjit Channi, after much deliberation, has been appointed as the Chief Minister of Punjab. Remember, he is the first Dalit face to be elevated to the position of the Chief Minister. There you have it, almost a show of strength there. Harish Rawat, Charanjit Channi, Navjot Singh Sidhu, all three of them holding hands in a sign, a symbolic sign of strength and unity there. Channi just addressing the media. ਸਾਰਿਆਂ ਨੂੰ ਬੇਨਤੀ ਹੈ, ਪਲੀਜ਼ ਸੁਣ ਲਓ ਮੈਨੂੰ, ਸਾਰੇ ਪਲੀਜ਼ ਸੁਣ ਲਓ ਮੈਨੂੰ। ਆਵਾਜ਼ ਆ ਰਹੀ ਹੈ ਜੀ? ਦੇਹ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬ ਹੋ ਨਾ ਡਰੂੰ, ਨਾ ਡਰੂੰ ਅਰਸੋਂ ਜਬ ਲਾਏ ਜਾਏ ਲਰੂੰ, ਨਿਸ਼ਚੈ ਕਰ ਆਪਣੀ ਜੀਤ ਕਰੂੰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ, ਉਹਨਾਂ ਦੀ ਗੱਲ ਕਰ ਰਿਹਾ ਜੋ ਉਹਨਾਂ ਨੇ ਕਿਹਾ ਕਿ ਜਿਨ ਕੇ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਪਈ ਇੱਕ ਤਾਹੀ, ਤਿੰਨ ਹੀ ਕੋ ਸਰਦਾਰ ਬਣਾਉ, ਤਵੀ ਗੋਬਿੰਦ ਸਿੰਘ ਨਾਮ ਕਹਾਉਂ। ਇਹ ਸੋਚ ਤੇ ਪਹਿਰਾ ਦਿੰਦੇ ਹੋਏ ਫਿਰ ਕਹਿੰਦਾ ਇੱਕ ਵਾਰ, ਜਿਨ ਕੇ ਜਾਤ ਗੋਤ ਕੁੱਲ ਮਾਹੀ, ਸਰਦਾਰੀ ਨਾ ਪਈ ਇੱਕ ਤਾਹੀ, ਤਿੰਨ ਹੀ ਕੋ ਸਰਦਾਰ ਬਣਾਉ, ਤਵੀ ਗੋਬਿੰਦ ਸਿੰਘ ਨਾਮ ਕਹਾਉਂ। ਇਹ ਸੋਚ ਖਾਲਸਾ ਪੰਥ ਦੀ ਹੈ, ਇਹ ਸੋਚ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਹੈ, ਗੁਰੂ ਨਾਨਕ ਦੀ ਹੈ। ਇਹ ਸੋਚ ਨੂੰ ਅੱਗੇ ਲੈ ਕੇ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਕਾਂਗਰਸ ਪਾਰਟੀ ਨੇ, ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ, ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ, ਸ਼੍ਰੀ ਰਾਹੁਲ ਗਾਂਧੀ ਜੀ ਨੇ, ਹਰੀਸ਼ ਰਾਵਤ ਜੀ ਨੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ, ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੇ ਇੱਕ ਆਮ ਆਦਮੀ ਨੂੰ, ਜਿਹੜੇ ਕਹਿੰਦੇ ਫਿਰਦੇ ਨਾ ਆਮ ਆਦਮੀ ਆ ਬੈਠਾ, ਆਮ ਆਦਮੀ ਨੂੰ ਜਿਹਦੇ ਪੱਲੇ ਕੁਛ ਨਹੀਂ ਸੀ, ਜਿਸ ਘਰ 'ਚ ਜੰਮਿਆ ਉਹਦੇ ਉੱਪਰ ਛੱਤ ਨਹੀਂ ਸੀ ਪ੍ਰੋਪਰ, ਥੱਲੇ ਮੇਰੀ ਮਾਂ ਟੋਭੇ 'ਚੋਂ ਮੈਂ ਨਾਲ ਜਾਂਦਾ ਸੀ, ਟੋਭੇ ਵਿੱਚ ਤਾਂ ਅਸੀਂ ਗਾਰਾ ਲੈ ਕੇ ਆਉਂਦੇ ਸੀ, ਵਿੱਚ ਤੂੜੀ ਪਾ ਕੇ ਮਿਲਾ ਕੇ ਮੇਰੀ ਮਾਂ ਨੇ ਸਾਡਾ ਫਰਸ਼ ਲਿਪੜਾ, ਪਾਂਡੂ ਸਾਡੀਆਂ ਕੰਧਾਂ 'ਤੇ ਫੇਰਦੇ ਸੀ,
ਅਸੀਂ ਆਪ ਮੇਰੇ ਫਾਦਰ ਨੇ ਹਰ ਘਰ ਦੇ ਵਿੱਚ ਟੈਂਟ ਲਗਾਏ ਸ਼ਸ਼ੀਪਾਲ ਜੀ ਬੈਠੇ ਅੱਜ ਕਾਂਗਰਸ ਪਾਰਟੀ ਨੇ ਇੱਕ ਮਾਰਜਨਾਈਜ਼ਡ ਬੈਕਗ੍ਰਾਉਂਡ ਹੀ ਇਜ਼ ਅ ਦਲਿਤ ਐਂਡ ਹੀ ਹੈਜ਼ ਨਾਓ ਬੀਨ ਗਿਵਨ ਐਨ ਓਪਰਚੁਨਿਟੀ ਸਮਬਡੀ ਹੂ ਡਿਡ ਨਾਟ ਈਵਨ ਹੈਵ ਐਨੀ ਰੂਫ ਓਵਰ ਹਿਸ ਹੈਡ ਦੇ ਹੈਵ ਵਰਕਡ ਹਾਰਡ ਐਂਡ ਦ ਕਾਂਗਰਸ ਪਾਰਟੀ ਹੈਜ਼ ਚੋਜ਼ਨ ਅ ਕਾਮਨ ਮੈਨ ਇੱਕ ਕ੍ਰਾਂਤੀਕਾਰੀ ਨੇਤਾ ਹੈ ਇੱਕ ਅਗਾਂਹ ਵਧੂ ਸੋਚ ਹੈ ਗਰੀਬਾਂ ਦੀ ਬਾਂਹ ਫੜਨ ਵਾਲਾ ਬੰਦਾ ਹੈ ਮੈਂ ਉਪਕਾਰ ਇਹਨਾਂ ਦਾ ਮੋੜ ਨਹੀਂ ਸਕਦਾ ਰਾਹੁਲ ਗਾਂਧੀ ਇਜ਼ ਅ ਰੈਵੋਲੂਸ਼ਨਰੀ ਉਹ ਲੋਕ ਪੋਲੀਟੀਸ਼ੀਅਨ ਜਿਹੜੇ ਗਰੀਬੀ ਚੋਂ ਉੱਠ ਰਹੇ ਹੈ ਅ ਕਾਮਨ ਮੈਨ ਜਿਹੜੇ ਗਰੀਬੀ ਚੋਂ ਉੱਠ ਚੁੱਕੇ ਹੈ ਜਿਹੜੇ ਅੰਬੇਦਕਰ ਦੀ ਸੋਚ ਦੇ ਨਾਲ ਅੱਗੇ ਵਧ ਰਹੇ ਹੈ ਉਹਨਾਂ ਦੀ ਬਾਂਹ ਰਾਹੁਲ ਗਾਂਧੀ ਨੇ ਫੜੀ ਹੈ ਮੈਂ ਆਪਣੇ ਦਿਲੋਂ ਆਪਣੇ ਪਰਿਵਾਰ ਵੱਲੋਂ ਹਰ ਪੰਜਾਬ ਦੇ ਆਮ ਆਦਮੀ ਵੱਲੋਂ ਫਰੋਮ ਅ ਪੂਅਰ ਬੈਕਗ੍ਰਾਉਂਡ ਰਾਹੁਲ ਗਾਂਧੀ ਜੀ ਦਾ ਕਾਮਨ ਮੈਨ ਕਾਂਗਰਸ ਪਾਰਟੀ ਦਾ ਫਰੋਮ ਮਾਰਜਨਲਾਈਜ਼ਡ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਸਾਰੇ ਐਮਐਲਏ ਸਾਹਿਬਾਨ ਦਾ ਸਾਰੇ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਾਰੇ ਸਾਬਕਾ ਪ੍ਰਧਾਨਾਂ ਦਾ ਰਾਹੁਲ ਗਾਂਧੀ ਪੰਜਾਬ ਦੀ ਜਨਤਾ ਦਾ stakeholders in jod ke dhanwad politics in congress party ke I thank each and every one of them including the mlas ne kiya ke tum hi ke sajaye guru sahab nu kiya si ke aap hi ke tin hi ke sajaye saje hum hai nahi moso gareeb crore par inhi ki kripa se saje hum hai ਮੈਂ ਭਾਵੁਕ ਹੋ ਗਿਆ ਜੇ ਕੋਈ ਮੈਤੋਂ ਤੁੱਕ ਦੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਜਾਂ ਵਾਕ ਦੇ ਵਿੱਚ ਗਲਤੀ ਹੋਵੇ ਜਾਂ ਮੇਰੇ ਬੋਲਣ 'ਚ ਗਲਤੀ ਹੋਵੇ ਤਾਂ ਮੈਂ ਮਾਫ਼ੀ ਚਾਹੂੰਗਾ ਦ ਬਲੈਸਿੰਗਸ ਆਫ ਸਤਿਗੁਰੂ ਜੀ ਇਜ਼ ਅਪੋਨ ਅਸ ਨਹੀਂ 900 ਗਰੀਬ ਕਰੋੜ ਪਰੇ ਇਹ ਗੁਰੂ ਦੀ ਕਿਰਪਾ ਹੈ ਇਹ ਵਾਹਿਗੁਰੂ ਦੀ ਕਿਰਪਾ ਹੈ ਮੇਰੀ ਧਰਤੀ ਚਮਕੌਰ ਸਾਹਿਬ ਦੀ ਕਿਰਪਾ ਹੈ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੈ ਚਮਕੌਰ ਸਾਹਿਬ ਦੀ ਧਰਤੀ ਦੇ ਲੋਕਾਂ ਦੀ ਕਿਰਪਾ ਹੈ ਜਿਨ੍ਹਾਂ ਨੇ ਜਦੋਂ ਗੁਰੂ ਸਾਹਿਬ ਦੇ ਬੇਟਿਆਂ ਨੂੰ ਦ ਬਲੇਸਿੰਗਸ ਆਫ ਵਾਹਿਗੁਰੂ ਜੀ ਇਜ਼ ਵਿਦ ਅਸ ਚਮਕੌਰ ਸਾਹਿਬ ਇਜ਼ ਵਿਦ ਅਸ ਸਾਡੇ ਬਜ਼ੁਰਗਾਂ ਨੇ ਐਸੀ ਉਸ ਧਰਤੀ ਤੋਂ ਮੈਨੂੰ ਚੁਣਿਆ ਜਾਂਦਾ ਹੈ ਜਿਹੜੀ ਉਸ ਪਵਿੱਤਰ ਧਰਤੀ ਤੋਂ ਜਿੱਥੇ ਮਾਨਵਤਾ ਦੇ ਵਾਸਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਰੇ ਸਿੰਘ ਸ਼ਹੀਦ ਹੋਏ ਉਸ ਧਰਤੀ ਤੋਂ ਮੈਂ ਆਇਆ ਮੈਨੂੰ ਕਾਂਗਰਸ ਪਾਰਟੀ ਨੇ ਗੁਰੂ ਗੋਬਿੰਦ ਜੀ ਸਨਸ ਵਰ ਸੈਕਰੀਫਾਈਸ ਆਈ ਕਮ ਫਰੋਮ ਦੈਟ ਲੈਂਡ ਆਈ ਹੈਵ ਬੀਨ ਗਿਵਨ ਓਪਰਚੁਨਿਟੀ ਫਰੋਮ ਦ ਲੈਂਡ ਆਫ ਚਮਕੌਰ ਸਾਹਿਬ ਕਿ ਮੈਂ ਆਮ ਆਦਮੀ ਦਾ ਮੈਂ ਗਰੀਬ ਦਾ ਨੁਮਾਇੰਦਾ ਹੈ ਚਾਹੇ ਗਰੀਬ ਕਿਸਾਨ ਹੈ ਆਈ ਐਮ ਅ ਕਾਮਨ ਮੈਨ ਆਈ ਐਮ ਅ ਆਮ ਆਦਮੀ ਦੁਕਾਨਦਾਰ ਹੈ ਚਾਹੇ ਗਰੀਬ ਉਹ ਪਿੰਡ 'ਚ ਬੈਠਾ ਮਜ਼ਦੂਰ ਹੈ ਜਿਹੜਾ ਰੋਜ਼ ਮਜ਼ਦੂਰੀ ਕਰਕੇ ਖਾਂਦਾ ਹੈ ਚਾਹੇ ਛੋਟਾ ਦੁਕਾਨਦਾਰ ਹੈ ਚਾਹੇ ਗਰੀਬ ਕਿਸਾਨ ਹੈ ਚਾਹੇ ਕਿਸੇ ਜਾਤੀ ਦਾ ਗਰੀਬ ਹੈ ਮੈਂ ਉਹਨਾਂ ਦਾ ਨੁਮਾਇੰਦਾ ਮੈਂ ਅਮੀਰਾਂ ਦਾ ਨੁਮਾਇੰਦਾ ਨਹੀਂ ਹੈ ਮੈਂ ਨਾ ਉਹਨਾਂ ਲੋਕਾਂ ਦਾ ਨੁਮਾਇੰਦਾ ਹੈ ਜਿਹੜੇ ਸੋਚਾਂ ਦੇ ਵਿੱਚ ਆਪਣੀ ਦੇ ਕਾਲਖ ਰੱਖਦੇ ਆਮ ਅ ਰੈਪ੍ਰੈਜ਼ੈਂਟੇਟਿਵ ਆਫ ਦ ਪੂਅਰ ਦੀ ਸੇਵਾ ਕਰਨਾ ਚਾਹੁੰਦੀ ਹੈ ਜਿਹੜੇ ਰੇਤੇ ਦਾ ਵੈਦਰ ਹੀ ਇਜ਼ ਅ ਕਾਮਨ ਮੈਨ ਔਰ ਕਮਸ ਫਰਮ ਅ ਮਾਰਜਨਲਾਈਜ਼ਡ ਪਾਰਟ ਜਿਹੜੇ ਕੋਈ ਔਰ ਅ ਕਾਮਨ ਸ਼ਾਪਕੀਪਰ ਮੈਨੂੰ ਨਾ ਮਿਲਣ ਆ ਕੇ ਮੈਂ ਉਹਨਾਂ ਦਾ ਨੁਮਾਇੰਦਾ ਨਹੀਂ ਹਾਂ ਮੈਂ ਰਿਕਸ਼ਾ ਚਲਾਉਣ ਵਾਲੇ ਦਾ ਨੁਮਾਇੰਦਾ ਮੈਂ ਆਪ ਰਿਕਸ਼ਾ ਚਲਾਇਆ ਮੇਰੇ ਬਾਪੂ ਦਾ ਟੈਂਟ ਹੋਰ ਸੀ ਮੈਂ ਘਰ ਘਰ ਕੁਰਸੀਆਂ ਟੁੱਟੀਆਂ ਮੈਂ ਹਰ ਪੰਜਾਬ ਦੇ ਆਮ ਰੈਪ੍ਰੈਜ਼ੈਂਟੇਟਿਵ ਆਫ ਅ ਕਾਮਨ ਆਮ ਲੋਕਾਂ ਦਾ ਰਾਜ ਪੰਜਾਬ ਦੇ ਵਿੱਚ ਸਥਾਪਿਤ ਹੋਇਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਸਥਾਪਿਤ ਹੋਇਆ ਵਾਹ ਵਾਹ ਸੋ ਸਤਿਕਾਰਯੋਗ ਪੱਤਰਕਾਰ ਵੀਰੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਆਈ ਵਿਲ ਸਟਰੈਂਥਨ ਦ ਰੂਲ ਆਫ ਅ ਕਾਮਨ ਮੈਨ ਇਨ ਪੰਜਾਬ ਆਸ ਰੱਖਦਾ ਕਿ ਆਪਾਂ ਨੇ ਰਲ ਕੇ ਆਈ ਵਾਂਸ ਅਗੇਨ ਥੈਂਕ ਐਵਰੀਵਨ ਪੰਜਾਬ ਦੀ ਆਜ਼ਾਦੀ ਨੂੰ ਪੰਜਾਬ ਦੇ ਲੋਕਾਂ ਦੀ ਚੜ੍ਹਤ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਵੀ ਹੈਵ ਟੂ ਟੁਗੇਦਰ ਸਟਰੈਂਥਨ ਦ ਡੈਮੋਕ੍ਰੇਸੀ ਇਨ ਪੰਜਾਬ ਪੰਜਾਬ ਨੂੰ ਤਕੜਾ ਕਰਨਾ ਹੈ ਸੋਨੇ ਦੀ ਚਿੜੀਆ ਹੈ ਪੰਜਾਬ ਲੇਕਿਨ ਮੈਂ ਇੱਕ ਗੱਲ ਕਰਨਾ ਚਾਹੁੰਦਾ ਵੀ ਹੈਵ ਟੂ ਸਟਰੈਂਥਨ ਪੰਜਾਬ
make it happy, make it progressive. ਪੰਜਾਬ ਦੀ ਖੇਤੀਬਾੜੀ ਤੇ ਜੇਕਰ ਆਂਚ ਆਏਗੀ ਤਾਂ ਆਈ ਵਾਂਟ ਟੂ ਮੇਕ ਇਟ ਕਲੀਅਰ ਦੈਟ ਪੰਜਾਬ ਇਜ਼ ਅ ਐਗਰੀਕਲਚਰਲ ਸਟੇਟ ਲੇਕਿਨ ਪੰਜਾਬ ਦੀ ਕਿਸਾਨੀ ਤੇ ਆਂਚ ਨਹੀਂ ਆਣ ਦੇਗੀ ਇਹ ਕਿਸਾਨਾਂ ਦੀ ਸਰਕਾਰ ਹੈ ਕਿਸਾਨਾਂ ਦੇ ਦੀ ਹਿਤੈਸ਼ੀ ਸਰਕਾਰ ਹੈ ਇਹ ਕਾਂਗਰਸ ਪਾਰਟੀ ਦੀ ਸਰਕਾਰ ਹੈ ਕਾਲੇ ਕਾਨੂੰਨ ਵਾਪਸ ਦਿਸ ਇਜ਼ ਲੈਣ ਵਾਸਤੇ ਅ ਗਵਰਨਮੈਂਟ ਆਫ ਦ ਫਾਰਮਰਸ ਵੀ ਵਿਲ ਨਾਟ let them be hurt in any way eh kisani dubegi ta punjab dub jayega kisani dubegi ta hindustan dub jayega kisani de naal arthvyavastha judi hoyi hai kisan di fasal aundi hai ta dukan de vich gaak aunda hai kisan di fasal aayegi farmers are an important part of the economy kisan di fasal aayegi ta kisani ta punjab khushhal hoyega ਪੰਜਾਬ ਸਰਕਾਰ ਤੇ ਅਸਰ ਪੈਂਦਾ ਹੈ ਦੈਟ ਇਫ ਦੇ ਸਟਰੈਂਥਨ ਦ ਕੰਟਰੀ ਵਿਲ ਡੂ ਵੈਲ ਪੰਜਾਬ ਸਰਕਾਰ ਹਰ ਤਰੀਕੇ ਦੇ ਨਾਲ ਕਿਸਾਨਾਂ ਦੇ ਸੰਘਰਸ਼ ਦੇ ਨਾਲ ਖੜੀ ਹੈ ਔਰ ਐਸੀ ਸਭ ਕੁਝ ਬਾਰਨ ਨੂੰ ਤਿਆਰ ਹੈ ਕਿਸਾਨਾਂ ਦੇ ਸੰਘਰਸ਼ ਵਾਸਤੇ ਪੰਜਾਬ ਗਵਰਨਮੈਂਟ ਇਜ਼ ਇਨ ਟੋਟਲ ਸਪੋਰਟ ਆਫ ਦ ਫਾਰਮਰਸ ਪੰਜਾਬ ਦੇ ਕਿਸਾਨ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਐਸੀ ਹਰ ਤਰੀਕੇ ਨਾਲ ਸਮਰਥਨ ਕਰਦੇ ਹਾਂ ਕਿਸਾਨ ਸੰਘਰਸ਼ ਦਾ ਤੇ ਅਪੀਲ ਕਰਦੇ ਆ ਵੀ ਵਿਲ ਨਾਟ ਲੈਟ ਦ ਫਾਰਮਰਸ ਆਫ ਪੰਜਾਬ ਬੀ ਵੀਕਨਡ ਤੇ ਅਸੀਂ ਇਹਦੇ ਵਿੱਚ 100% ਨੇਕ ਨੀਤੀ ਦੇ ਨਾਲ ਵੀ ਅਪੀਲ ਬਿਨਾ ਕਿਸੇ ਬਾਰ ਦ 3 ਫਾਰਮ ਲਾਸ ਉਹਦੇ ਵੀ ਟੇਕਨ ਬੈਕ ਬਾਈ ਦ ਸੈਂਟਰ ਲਾਲਚ ਕਰੇ ਕਿਸਾਨਾਂ ਦੇ ਨਾਲ ਖੜਾ ਅਗਲੀ ਮੇਰੀ ਬੇਨਤੀ ਇਹ ਹੈ ਕਿ ਮੈਂ ਨਹੀਂ ਸੁਣਨਾ ਅਤੇ ਨਾ ਮੇਰੀ ਹਾਈ ਕਮਾਂਡ ਅਤੇ ਮੇਰੇ ਲੀਡਰ ਸੁਣਨਾ ਚਾਹੁੰਦੇ ਆ ਨਾ ਮੇਰੇ MLA ਸੁਣਨਾ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਰੇਤਾ ਮਾਫੀਆ ਵੀ ਹੈਗਾ ਅੱਜ ਹੀ ਇਹਦਾ ਫੈਸਲਾ ਕਰ ਦਾਂਗੇ ਕੈਬਨਿਟ ਦੇ ਵਿੱਚ ਅੱਜ ਹੀ ਫੈਸਲਾ ਕਰ ਦਾਂਗੇ ਜਿਹੜਾ ਬਹੁਤ ਜ਼ਰੂਰੀ ਹੈ ਕਿਸਾਨਾਂ ਦਾ ਖੇਤਾਂ ਦੀ ਬਿਜਲੀ ਮਾਫ ਰਹੇ ਕਿਸਾਨ ਨੂੰ ਲੋੜ ਹੈ ਲੇਕਿਨ ਇੱਕ ਮੋਟਰ ਗਰੀਬਾਂ ਨੂੰ ਪਾਣੀ ਪਿੰਡ ਦੇ ਲੋਕਾਂ ਨੂੰ ਪਾਣੀ ਵੀ ਦਿੰਦੀ ਹੈ ਗਰੀਬਾਂ ਦਾ ਪਾਣੀ ਮਾਫ਼ ਹੋਏਗਾ ਪਿੰਡਾਂ ਦੇ ਵਿੱਚ ਉਹ ਮੋਟਰ ਦਾ ਵੀ ਬਿੱਲ ਨਹੀਂ ਲੱਗੇਗਾ ਦਸ ਦਸ ਲੱਖ ਰੁਪਈਏ ਦੇ ਬਿੱਲ ਖੜ੍ਹੇ ਆ 20-20 ਲੱਖ ਦੇ 50-50 ਲੱਖ ਦੇ ਸਾਰੇ ਮਾਫ਼ ਕਰਾਂਗੇ ਕੈਬਨਿਟ ਦੀ ਅੱਜ ਦੀ ਮੀਟਿੰਗ ਦੇ ਵਿੱਚ ਕਿਸੇ ਗਰੀਬ ਦਾ ਕਨੈਕਸ਼ਨ ਇਸ ਕਰਕੇ ਨਹੀਂ ਕੱਟੇਗਾ ਕਿ ਜੀ ਉਹਦਾ ਬਿੱਲ ਦੇਣਾ ਹੈ ਜਿਹਦੇ ਪਿਛਲੇ 5 ਸਾਲਾਂ ਦੇ ਵਿੱਚ ਜਾਂ 10 ਸਾਲਾਂ ਦੇ ਵਿੱਚ ਕਿਸੇ ਦਾ ਕਨੈਕਸ਼ਨ ਕੱਟਿਆ ਗਿਆ ਕਿ ਇਹਦਾ ਬਿੱਲ ਰਹਿੰਦਾ ਉਹ ਸਾਰੇ ਬਿੱਲ ਮਾਫ਼ ਕਰਕੇ ਉਹਦਾ ਕਨੈਕਸ਼ਨ ਲੱਗੇਗਾ 31 ਅਗਸਤ ਤੱਕ ਜਿਹੜੇ ਕਿਸੇ ਦਾ ਵੀ ਗਰੀਬ ਦਾ ਉਹ ਅਸੀਂ ਤੈ ਕਰਾਂਗੇ ਇਨ ਦ ਪਾਸਟ 5-7 ਇਅਰਸ ਦੋਸ ਹੂ ਹੈਵ ਹੈਡ ਲਾਸਸ ਲੇਕਿਨ ਉਹਨਾਂ ਦੇ ਬਿੱਲ ਦੇ ਬਾਰੇ ਦੋਸ ਬਿਲਸ ਵਿਲ ਬੀ ਟੇਕਨ ਕੇਅਰ ਆਫ ਤਾਂ ਬਰਾਬਰ ਕਰ ਦੇਣਾ ਬਿੱਲ ਪਾੜ ਦੇਣਾ ਉਹਨੂੰ ਅੱਗੇ ਨੂੰ ਬਿੱਲ ਨਹੀਂ ਆਣਾ ਤੇ ਨਾਲ ਨਾਲ ਪਾਣੀ ਮਾਫ ਬਿਜਲੀ ਦੀ ਮੈਂ ਗੱਲ ਕਰ ਲਈ ਹੈ ਸ਼ਹਿਰਾਂ ਦੇ ਵਿੱਚ ਵਾਟਰ ਸਪਲਾਈ ਤੇ ਸੀਵਰੇ 200 ਗਜ਼ ਤੱਕ ਦੇ ਜਾਂ 150 ਗਜ਼ ਤੱਕ ਦੇ ਅੱਜ ਜਿਵੇਂ ਫੈਸਲਾ ਹੋਏਗਾ ਇਲੈਕਟ੍ਰਿਸਿਟੀ ਐਂਡ ਵਾਟਰ ਬਿਲਸ ਇਹ ਆਮ ਆਦਮੀ ਦੀ ਸਰਕਾਰ ਹੈ ਇਨ 200 ਸਕੁਆਇਰ ਮੀਟਰਸ ਨਹੀਂ ਸੋਖੀਆਂ ਲੇਕਿਨ ਅਸੀਂ ਉਹਨਾਂ ਦੇ ਨਾਲ ਯੂ ਵਿਲ ਬੀ ਟੇਕਨ ਕੇਅਰ ਆਫ ਇਹ ਪਬਲਿਕ ਲੋਕਾਂ ਦੀ ਇਹ ਸਰਕਾਰ ਹੈ ਅ ਬਿਗ ਅਨਾਉਂਸਮੈਂਟ ਕਮਿੰਗ ਫॉर द ਕਾਮਨ ਮੈਨ ਆਫ ਪੰਜਾਬ ਇਹ ਸਰਕਾਰ ਦੇ ਵਿੱਚ ਕੋਈ ਇਹ ਨਹੀਂ ਕਹੇਗਾ ਮੇਰੀ ਸਰਕਾਰ ਹੈ ਜਾਂ ਸਾਡੀ ਸਰਕਾਰ ਹੈ ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਹੈ ਇਹਨਾਂ ਨੇ ਦਿਸ ਇਜ਼ ਅ ਪੀਪਲਸ ਗਵਰਨਮੈਂਟ ਪੰਜਾਬ ਦੇ ਹਿੱਤ ਦੇ ਵਿੱਚ ਕੈਪਟਨ ਅਮਿੰਦਰ ਸਿੰਘ ਜੀ ਨੇ ਬਹੁਤ ਅੱਛਾ ਕੰਮ ਕੀਤਾ ਉਹ ਉਹਨਾਂ ਨੂੰ ਪਾਣੀ ਦੇ ਰਾਖੇ ਵੀ ਕਿਹਾ ਗਿਆ ਲੋਕਾਂ ਨੇ ਉਹਨਾਂ ਨੂੰ ਹਰਨ ਤਿਆਰ ਕਰ ਕੈਪਟਨ ਅਮਰਿੰਦਰ ਸਿੰਘ ਹੈਜ਼ ਡਨ ਵੈਲ ਸਾਡੀ ਪਾਰਟੀ ਦੇ ਲੀਡਰ ਹੈ ਜੋ ਕੰਮ ਅਜੇ ਟਾਈਮ ਬਚਦਾ ਸੀ ਅਧੂਰੇ ਰਹਿ ਗਏ ਐਸੀ ਕਰਾਂਗੇ ਹੀ ਇਜ਼ ਦ ਲੀਡਰ ਆਫ ਦ ਪਾਰਟੀ ਜਿਹੜੀ ਗੱਲ ਅਸੀਂ ਕਹੀ ਹੈ ਕਿ ਆ ਮੁੱਦੇ ਰਹਿੰਦੇ ਹੈ ਹਾਈ ਕਮਾਂਡ ਨੇ 18 ਮੁੱਦੇ ਦਿੱਤੇ ਹੈ ਉਹ 21 ਕਰਕੇ ਹੁਣੇ ਪੂਰੇ ਹੋਣਗੇ ਅੱਗੇ ਨਹੀਂ ਪਾਵਾਂਗੇ ਨਾ ਬਰਗਾੜੀ ਅੱਗੇ ਪਏਗਾ ਨਾ ਕੋਈ ਹੋਰ ਅੱਗੇ ਪਏਗਾ ਗਣਾਉਣ ਦੀ ਲੋੜ ਨਹੀਂ ਤੁਹਾਨੂੰ ਸਾਰੇ ਪਤਾ ਮੈਂ ਗਣਾਉਂਦਾ ਹੀ ਰਿਹਾ ਪਿਛਲੇ 6 ਦਿਨ ਐਸਾ
ਇਹ ਮੁੱਦੇ ਸਾਰੇ ਹੱਲ ਹੋਣੇ ਹੈ। ਕਿਸੇ ਨਾਲ ਦਰੈਂਤ ਨਹੀਂ ਹੋਣੀ ਇਸ ਸਰਕਾਰ ਵੱਲੋਂ, ਕੋਈ ਵਿੰਡਾਟਾ ਕਿਸੇ ਨਾਲ ਨਹੀਂ, ਕਿਸੇ ਨਾਲ ਲੜਾਈ ਨਹੀਂ, ਲੇਕਿਨ ਗੁਰੂ ਵਾਸਤੇ ਸਾਰਾ ਕੁਛ ਹਾਜ਼ਰ ਹੈ। ਸੰਵਿਧਾਨ ਦੇ ਅੰਦਰ ਹੀ ਹੋਏਗਾ ਸਭ ਕੁਛ, ਕਿਸੇ ਨਾਲ ਕੋਈ ਗਲਤ ਨਹੀਂ ਹੋਏਗਾ। ਇਹ ਮੈਂ ਤੁਹਾਨੂੰ ਅੱਜ ਗਰੰਟੀ ਦੇਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ, ਕਿਸੇ ਦਾ ਇੱਕ ਵੀ ਬੰਦਾ ਮੇਰੇ ਜਦ ਤੱਕ ਇੱਕ ਇਹ ਸਰਕਾਰ ਬੈਠੀ ਹੈ ਲੋਕਾਂ ਦੀ, ਨਜਾਇਜ਼ ਥਾਣੇ 'ਚ ਨਹੀਂ ਜਾਏਗਾ। ਪਾਰਦਰਸ਼ੀ ਸਰਕਾਰ ਦਿੱਤੀ ਜਾਏਗੀ। ਕੋਈ ਥਾਣੇਦਾਰ ਮੁਨਸ਼ੀ ਕਿਸੇ ਬੰਦੇ ਨੂੰ ਨਜਾਇਜ਼ ਤੰਗ ਨਹੀਂ ਕਰੇਗਾ। A visionary government will be given to the people of Punjab. ਦੋਸ਼ੀ ਅੰਦਰ ਜਾਣਗੇ ਚਾਹੇ ਉਹ ਕੋਈ ਵੀ ਹੋਵੇ, ਚਾਹੇ ਕਿਸ ਦਾ। Nobody will get unnecessary advantage. ਸਭ ਵਾਸਤੇ ਕਾਨੂੰਨੀ, ਇਹ ਨਹੀਂ ਹੈ ਕਿ ਜੀ ਬੰਦਾ those who are guilty will be punished. ਤਹਿਸੀਲਾਂ ਦੇ ਵਿੱਚ ਬਿਲਕੁਲ ਸਹੀ ਤਰੀਕੇ ਨਾਲ ਕੰਮ ਚੱਲੇਗਾ, ਜਾਂ ਮੈਂ ਰਹਾਂਗਾ ਜਾਂ ਫਿਰ ਨਹੀਂ ਤਾਂ ਹੋ ਰਹਿਣਾ। ਇਮਾਨਦਾਰੀ ਪੱਲੇ ਰੱਖੀ ਹੋਈ ਹੈ, ਲੋਹੀ ਲੈ ਕੇ ਆਉਂਦਾ, ਲੋਹੀ ਲੈ ਕੇ ਘਰ ਚਲਾ ਜਾਵਾਂਗਾ, ਲੇਕਿਨ ਇਮਾਨਦਾਰੀ ਸਰਕਾਰ ਨਹੀਂ ਛੱਡੇਗੀ। ਮੈਂ ਇਕੱਲਾ ਨਹੀਂ, ਸਰਕਾਰ 'ਚ ਚੱਲੇਗੀ ਸਿਰਫ ਇਮਾਨਦਾਰੀ। ਹਰੇ ਪਾਰਦਰਸ਼ੀ ਤੁਹਾਨੂੰ ਅਸੀਂ ਦਿਖਾਵਾਂਗੇ ਇਸ ਤਰ੍ਹਾਂ ਹੋ ਰਹੀ ਹੈ। ਅਤੇ ਮੈਂ ਇੱਕ, ਮੇਰੀ ਵਾਈਫ ਵੀ ਡਾਕਟਰ ਹੈ, ਮੇਰਾ ਭਰਾ ਡਾਕਟਰ ਹੈ, ਮੇਰੇ ਘਰ 'ਚ ਵੀ ਬਹੁਤ ਸਾਰੇ ਕਰਮਚਾਰੀ ਹੈ। ਮੇਰੀ ਵਾਈਫ ਜਦ ਬਿਜਲੀ ਦਾ ਬਿੱਲ ਆਉਂਦਾ ਮੈਨੂੰ, ਮੇਰੇ ਵੱਲ ਨੂੰ ਦੇਖਣ ਲੱਗ ਜਾਂਦੀ, ਕਹਿੰਦੀ ਮੇਰੇ ਤਨਖਾਹ 'ਚੋਂ ਜਾਣੇ ਹੈ। ਇਹ ਇਮਾਨਦਾਰੀ ਦੀ ਗੱਲ ਦੱਸਿਆ, ਅੱਜ ਕੁਛ ਮੈਂ ਝੂਠ ਨਹੀਂ ਬੋਲਣਾ। ਇਹ ਬਿੱਲ ਕੱਟਣੇ ਹੈ ਤਾਂ ਕਿ ਕਿਸੇ ਦੀ ਬੀਵੀ ਉਹਨੂੰ ਇਹ ਨਾ ਕਹੇ ਕਿ ਦੇਣੇ ਕਿੱਥੇ 'ਤੇ ਹੈ। ਮੈਂ ਕਰਮਚਾਰੀਆਂ ਦੇ ਵੀ, ਮੇਰੇ ਪਰਿਵਾਰ ਦੇ ਵਿੱਚ ਬਹੁਤ ਹੈ, ਇਸ ਕਰਕੇ ਮੈਂ ਕਰਮਚਾਰੀਆਂ ਦਾ ਨੁਮਾਇੰਦਾ ਹੈਗਾ। ਕਰਮਚਾਰੀ ਸਾਡੇ ਜਿੰਦ ਜਾਨ ਹੈ, ਪੰਜਾਬ ਸਰਕਾਰ ਨੂੰ ਚਲਾਉਂਦੇ ਹੈ। ਇਸ ਲਈ ਮੈਂ ਪੰਜਾਬ ਸਰਕਾਰ ਦੇ ਸਾਰੇ ਇੰਪਲਾਈਜ਼ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਹਾਡਾ ਭਰਾ ਤੁਹਾਡਾ ਛੋਟਾ ਹੈ ਵੱਡਾ ਹੈ, ਤੁਹਾਡਾ ਪੁੱਤਰ ਹੈ, ਮੈਂ ਉਰੇ ਮੈਨੂੰ ਮੇਰੇ ਨੁਮਾਇੰਦਿਆਂ ਨੇ ਬਿਠਾ ਲਿਆ, ਇੱਕ ਇੱਕ ਮਸਲੇ ਦਾ ਹੱਲ ਕਰਦਾਂਗਾ, ਕਿਸੇ ਨਾਲ ਕੋਈ ਦਰੈਂਤ ਨਹੀਂ ਹੋਏਗੀ, ਤੁਹਾਡੇ ਬਕਾਏ ਆ ਉਹ ਰਹਿਣਗੇ, ਜਿਹੜੇ ਪੱਕੇ ਹੋਣ ਵਾਲੇ ਪੱਕੇ ਹੋਣਗੇ, ਸਭ ਦੇ ਕੰਮ ਕਰਾਂਗਾ, ਮਸਲੇ ਸਾਰੇ ਹੱਲ ਕਰਾਂਗਾ, ਮੈਨੂੰ ਥੋੜ੍ਹਾ ਜਿਹਾ ਟਾਈਮ ਦੇ ਦਿਓ। ਇੱਕ ਵਾਰ ਮੇਰੀ ਅਪੀਲ 'ਤੇ ਸਾਰੀਆਂ ਹੜਤਾਲਾਂ ਬੰਦ ਕਰਕੇ ਆਪਣੇ ਕੰਮ 'ਤੇ ਆ ਜਾਓ। ਟਾਈਮ ਆਈ ਵਿਲ ਰਿਜ਼ੋਲਵ ਆਲ ਇਸ਼ੂਜ਼। ਜ਼ਿਆਦਾ ਟਾਈਮ ਨਹੀਂ ਮੰਗਦਾ, ਮੈਨੂੰ ਥੋੜ੍ਹਾ ਟਾਈਮ ਦੇ ਦਿਓ ਤਾਂ ਕਿ ਮੈਂ ਆਪਣੇ ਰੰਧਾਵਾ ਸਾਹਿਬ ਬੈਠੇ ਹਾਂ, ਬਹੁਤ ਹੀ ਹੋਣਹਾਰ ਪਲੀਜ਼ ਗਿਵ ਟਾਈਮ ਫੋਰ ਪਰਫੋਰਮੈਂਸ। ਕੱਟੜ ਕਾਂਗਰਸੀ ਪਰਿਵਾਰ 'ਚੋਂ ਡਿਪਟੀ ਸੀਐਮ ਇਹਨਾਂ ਨੂੰ ਬਣਾਇਆ, ਜੇ ਇਹਨਾਂ ਦਾ ਫੂਨ ਟੈਸਟ ਕਰੋ ਤਾਂ ਕਾਂਗਰਸ ਦੇ ਨਿਕਲਣੀ, ਹਰ ਇਮਾਨਦਾਰੀ ਨਿਕਲਣੀ, ਦੋ ਚੀਜ਼ਾਂ ਇਹਨਾਂ ਦੇ ਅੰਦਰ ਹੈ। ਇਹਨਾਂ ਨੂੰ ਸਾਡੀ ਹਾਈਕਮਾਂਡ ਨੇ, ਸਾਡੇ ਐੱਮ ਐੱਲ ਏਜ ਨੇ ਡਿਪਟੀ ਸੀਐਮ ਚੁਣਿਆ, ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਹਾਈਕਮਾਂਡ ਦਾ ਧੰਨਵਾਦ ਕਰਦਾ। ਸੋਨੀ ਸਾਹਿਬ ਆਜ਼ਾਦ ਵੀ ਜਿੱਤ ਗਏ ਸੀ, ਇਹਨਾਂ ਦਾ ਆਪਣਾ ਇੱਕ ਮੁਕਾਮ ਹੈ ਔਰ ਬਹੁਤ ਹੀ ਹੋਣਹਾਰ ਹੈ। ਇਹਨਾਂ ਨੂੰ ਅੱਜ ਮੌਕਾ ਐੱਮ ਐੱਲ ਏ ਸਾਹਿਬਾਨ ਨੇ, ਕਾਂਗਰਸ ਪਾਰਟੀ ਨੇ ਦਿੱਤਾ, ਮੈਂ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਦਿੰਦਾ। ਅਸੀਂ ਪਾਰਟੀ, ਅਸੀਂ ਸਾਰੇ ਬੈਠ ਕੇ ਇੰਪਲਾਈਜ਼ ਦੇ ਨਾਲ ਗੱਲ ਕਰਾਂਗੇ, ਜੋ ਮਸਲੇ ਸਾਰੇ ਹੱਲ ਕਰਾਂਗੇ, ਲੇਕਿਨ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਵਾਪਸ ਕੰਮ 'ਤੇ ਆ ਜਾਓ। ਆਪਾਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਜੇ ਕਿਸੇ ਇੰਪਲਾਈ ਦੇ ਘਰ 10,000 ਫਾਲਤੂ ਜਾਣਾ ਤਾਂ ਮੇਰੇ ਘਰ ਵੀ ਆਉਣਾ, ਇਸ ਕਰਕੇ ਮੈਂ ਉਹਨਾਂ ਦੇ ਨਾਲ ਖੜਾ। ਮੇਰੇ ਘਰ ਉਹ ਆ ਗਏ, ਆ ਪਿੱਛੇ ਮਿਊਂਸਪਲ ਕਮੇਟੀ ਦੇ ਮੁਲਾਜ਼ਮਾਂ ਦਾ ਝਗੜਾ ਸੀਗਾ, ਮੈਂ ਨਾਲ ਖੜ ਗਿਆ, ਮੈਂ ਇਹਨਾਂ ਨੂੰ ਪੱਕੇ ਕਰੋ, ਹੋਰ ਆਏ ਸੀ ਪਾਣੀ ਵਾਲੇ, ਮੈਂ ਕਿਹਾ ਪੱਕੇ ਕਰੋ, ਮੈਂ ਉਹਨਾਂ ਦੇ ਨਾਲ ਖੜਾ, ਅੱਜ ਤੋਂ ਨਹੀਂ ਪਹਿਲਾਂ ਤੋਂ ਖੜਾ। ਫਿਰ ਜੇ ਮੈਂ ਉਹਨਾਂ ਦੇ ਨਾਲ ਖੜਾ ਤਾਂ ਉਹ ਅੱਜ ਮੇਰੇ ਨਾਲ ਆ ਕੇ ਦਫ਼ਤਰਾਂ 'ਚ ਖੜ ਜਾਣ, ਕੰਮ ਪਰ ਜ਼ੋਰ ਦੇ ਦੇਣ, ਮੇਰੇ 'ਤੇ ਵਿਸ਼ਵਾਸ ਰੱਖਣ, ਸਰਕਾਰ 'ਤੇ ਵਿਸ਼ਵਾਸ ਰੱਖਣ, ਪਾਰਟੀ 'ਤੇ ਵਿਸ਼ਵਾਸ ਰੱਖਣ, ਮਸਲੇ ਸਾਰੇ ਹੱਲ ਹੋ ਜਾਣਗੇ, ਕੰਮਾਂ 'ਤੇ ਆ ਜਾਣ। ਸੋ ਮੈਂ ਹਰੀਸ਼ ਰਾਵਤ ਜੀ,
जिहड़े साडे जनरल सैकटरी है उन्हां दा धन्नवाद करदा, कांग्रेस पार्टी का धन्नवाद करदा। एक मैं बेनती करांगा कि मेरा बिस्तरा मेरी गड्डी दे विच ही लग्या होया। सिद्धू साहब बैठन लगे कहिंदे आ की है पिछे, मैं कहा भाई जी बिस्तरा लग्या होया, मैं तां 4 बजे तुर पैंदा, जिथे पहुंचना होवे 7 बजे पहुंच जांदा। रावत, आई थैंक द लीडरशिप ऑफ कांग्रेस पार्टी। मैं दफ्तर विच मिलांगा, आई विल गो टू ईच एंड एवरी हाउसहोल्ड ऑफ पंजाब। हदायत जारी हो जाएगी कि 2 दिन आई विल बी अवेलेबल एक्सेसिबल इन माय ऑफिस। डीसी ए नहीं है कि साडे लोग बाहर बैठे है ते आप, आई विल बी लिसनिंग टू द पीपल ऑफ पंजाब। सब तो पहला लोगों नु मिलना, टाइम फिक्स होएगा, उस टाइम उठी होएगा डीसी सेक्रेटरी। इट विल नॉट बी अ केस दैट I will be inside in my room and people are waiting outside. I will be listening to people of Punjab. ਹਰ ਗਰੀਬ ਦੀ ਪਹੁੰਚ ਹੋਵੇ ਮੇਰੇ ਤੱਕ, ਹਰ ਸਾਰੇ ਅਫਸਰਾਂ ਤੱਕ। ਇਸ ਦਾ ਵੀ ਵਿਵਸਥਾ ਕੀਤੀ ਜਾਏਗੀ, ਕਿਸੇ ਨੂੰ ਇਹ ਨਹੀਂ ਹੈ ਕਿ ਉਹਦਾ ਸ਼ਿਕਾਇਤ ਦਾ ਹੱਲ ਨਹੀਂ ਹੋਇਆ, ਇਹ ਸਾਰੀਆਂ ਚੀਜ਼ਾਂ ਦਾ ਹੱਲ ਹੋਏਗਾ। ਮੈਂ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਬਣਾਂਗਾ ਅਤੇ ਪੰਜਾਬ ਦੇ ਆਮ ਲੋਕਾਂ ਨੂੰ ਅੱਗੇ ਲੈ ਕੇ ਚੱਲਾਂਗਾ, ਕਿਸਾਨੀ ਸੰਘਰਸ਼ ਦੇ ਵਿੱਚ ਆਪ ਜੁਟਾਂਗਾ। I will resolve issues of Punjab. ਹੱਲ ਕਰਾ ਕੇ ਦੇਵਾਂਗਾ। ਸੋ ਮੈਂ ਫਿਰ ਵੀ ਤੁਹਾਡੇ ਨਾਲ ਮੁਲਾਕਾਤ ਰਹਿੰਦੀ ਰਹਿਣੀ ਹੈ, ਇਸ ਕਰਕੇ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ। ਇਹ ਜਿਹੜੀ ਸਰਕਾਰ ਹੈ, ਕਾਂਗਰਸ ਬਸਤਰ ਦੀ ਵੀ ਸਰਕਾਰ ਹੈ, ਇਸ ਕਰਕੇ ਆ 15 ਸੈਕਟਰ ਦੇ ਵਿੱਚ ਸਾਡਾ ਮੰਦਿਰ ਹੈ ਜਿੱਥੇ ਮੈਂ ਮੱਥਾ ਟੇਕਣ ਜਾਣਾ ਹੈ। ਜੇ ਕਾਂਗਰਸ ਦੇ ਵਰਕਰ ਦੀ ਸੁਣਵਾਈ ਹੋਏਗੀ ਤਾਂ ਹੀ ਸਰਕਾਰ ਹੈ, ਪਾਰਟੀ ਸੁਪਰੀਮ ਹੈ, ਮੁੱਖ ਮੰਤਰੀ ਜਾਂ ਕੈਬਨਿਟ ਸੁਪਰੀਮ ਨਹੀਂ ਹੈ। ਪਾਰਟੀ ਦੀ ਆਈਡੀਓਲੋਜੀ ਨੂੰ ਲੈ ਕੇ ਸਰਕਾਰ ਚੱਲੇਗੀ। The party is supreme, it's not the chief minister or the office bearers. Congress party our temple is in sector 15, which is our Congress office. ਚੱਲੇਗੀ ਕਾਂਗਰਸ ਦੀ ਆਈਡੀਓਲੋਜੀ ਇਹੀ ਹੈ ਕਿ ਸਭ ਨੂੰ ਸਾਥ ਲੈ ਕੇ ਚੱਲਣਾ, ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਨਾਲ ਖੜਨਾ। ਕਾਂਗਰਸ ਪਾਰਟੀ ਦੀ ਆਈਡੀਓਲੋਜੀ ਨੂੰ ਲੈ ਕੇ ਚੱਲਾਂਗੇ। ਪਾਰਟੀ ਸੁਪਰੀਮ ਹੈ, ਪਾਰਟੀ ਦੇ ਫੈਸਲੇ ਹੋਣਗੇ, ਸਰਕਾਰ ਇੰਪਲੀਮੈਂਟ ਕਰੇਗੀ। ਪੰਜਾਬ ਦੇ ਵਿੱਚ ਪਾਰਟੀ ਅਖੰਡਤਾ ਆਪਸੀ ਭਾਈਚਾਰਾ ਅੱਗੇ ਵਧੇਗਾ, ਮੇਲ ਮਿਲਾਪ ਹੋਰ ਅੱਗੇ ਵਧੇਗਾ। ਸਾਡੀ ਮੁੱਠੀ ਹੈ ਜਿਹੜੀ, ਵੀ ਵਿਲ ਵਰਕ ਟੂਵਰਡਸ ਯੂਨਿਟੀ ਐਂਡ ਇੰਟੀਗ੍ਰਿਟੀ ਇਨ ਪੰਜਾਬ, ਚਾਹੇ ਨਾ ਜਾਤ ਦੇ ਨਾਮ ਤੇ ਨਾ ਧਰਮ ਦੇ ਨਾਮ ਤੇ। ਵੀ ਵਿਲ ਵਰਕ ਐਜ਼ ਅ ਫਿਸਟ, ਅੱਗੇ ਵਧੇਗਾ ਫੋਰ ਦ ਬ੍ਰਦਰਹੁੱਡ ਆਫ ਪੰਜਾਬ। ਪੰਜਾਬ ਵਿਲ ਪ੍ਰੋਗਰੈਸ। ਇਸ ਕਰਕੇ ਕੁਐਸਚਨ ਆਨਸਰ ਮੈਂ ਫਿਰ ਕਿਸੇ ਟਾਈਮ ਤੁਹਾਡੇ ਨਾਲ, ਮੈਂ ਕੋਈ ਵੀ ਗੱਲ ਛੱਡੀ ਨਹੀਂ। ਅੱਜ ਮੇਰਾ ਪਰਚਾ ਲੱਗ ਜਾਣ ਦਿਓ, ਕੱਲ੍ਹ ਤੋਂ ਬਾਅਦ, ਅੱਜ ਤੋਂ ਬਾਅਦ ਆਈ ਵਿਲ ਨੋਟ ਬੀ ਟੇਕਿੰਗ ਕੁਐਸਚਨ ਆਨਸਰਸ, ਆਈ ਹੈਵ ਆਨਸਰਡ ਆਲਮੋਸਟ ਆਲ ਕੁਐਸਚਨਸ। ਤੁਹਾਡੇ ਹੀ ਮਸਲੇ ਲਵਾਂਗਾ।